ਵਾਰੀ ਵਾਰੀ ਵਾਰ ਸਿੱਕਣ ਗਿਆ ਸਿੱਕੜ ਕੇ ਲਿਆਉਂਦੇ ਬਲਿੰਗ ਵਿਖਾ ਮਿਸਟਰ ਸਿੰਘ ਇਹ ਗੱਲ ਛੋਟਾ ਪਰਮ ਛੋਟਾ ਪਰਮ ਬੈਕ ਵਿਦ ਅ ਨਿਊ ਵਲੌਗ ਸੋ ਜੀ ਮੇਰੇ ਭਾਈਓ ਦੋਸਤੋ ਸਭ ਕੈਸੇ ਹੋ ਬੜੀਆ ਹੈ ਬੜੀਆ ਹੀ ਰਹਿਣਾ ਚਾਹੀਏ ਗਾਈਜ਼ ਔਰ ਐਂਡ ਆਈ ਵਿਸ਼ ਆਪਕਾ 2020 ਬਹੁਤ ਬੜੀਆ ਜਾ ਰਹਾ ਹੋ ਐਜ਼ ਯੂਜ਼ੁਅਲ ਟਾਈਮ ਇੱਕਦਮ ਪਰਫੈਕਟ ਹੈ ਸ਼ੂਟ ਕਰਨੇ ਕਾ ਜੀ ਮੈਂ ਕਿਹਾ ਅੱਜ ਵਾਪਸ ਇੱਕ ਪਿਆਰਾ ਸਾ ਯੋਨਿਕਸ ਕਾ ਬਲੌਗ ਹੈ ਆਪ ਜਾਣਤੇ ਹੋ ਥੰਬਨੇਲ ਦੇਖ ਕੇ ਮੈਂ ਜਾਣਤਾ ਹੂੰ ਸਮਝ ਗਏ ਹੈ ਤੋ ਚਲੋ ਚਲਤੇ ਹੈ ਐਂਡ ਆਈ ਵਿਸ਼ ਮੇਰਾ ਟੈਟੂ ਅੱਛਾ ਲੱਗਿਆ ਹੋ ਕਮੈਂਟ ਕਰੋ ਮੈਂ ਇੱਕ ਔਰ ਟੈਟੂ ਬਣਾਉਣੇ ਵਾਲਾ ਹੂੰ ਐਂਡ ਲੈਟਸ ਸੀ ਉਹ ਕਿਆ ਬਣੇਗਾ ਉਸਕਾ ਵੀ ਸ਼ਾਇਦ ਵਲੌਗ ਸ਼ੂਟ ਕਰੂੰ ਸੂਨ ਸੋ ਗਾਈਜ਼ ਇਹ ਹੈ ਮੇਰਾ ਬੜਾ ਫੇਵਰੇਟ ਐਕਚੁਅਲੀ ਦਿਸ ਵਾਜ਼ ਮਾਈ ਫਸਟ ਐਕਚੁਅਲ ਯੋਨਿਕਸ ਕਾ ਰੈਕੇਟ ਇਸੇ ਖੇਲਤਾ ਹੂੰ ਮੈਂ ਪਰ ਮਤਲਬ ਖਾਸ ਖਾਸ ਯੂ ਨੋ ਇਟਸ ਅ ਲਿਮਿਟਿਡ ਐਡੀਸ਼ਨ ਜੀ ਗਾਈਜ਼ ਇੱਕ ਔਰ ਵੈਰੀ ਵੈਰੀ ਇੰਪੋਰਟੈਂਟ ਬਾਤ ਹੈ ਜੀ ਕਿ ਆਪਕਾ ਭਾਈ 1K ਸਬਸਕ੍ਰਾਈਬਰਸ ਕ੍ਰੋਸ ਕਿਆ ਯੈਸ 1000 ਕੇ ਉੱਪਰ ਸਬਸਕ੍ਰਾਈਬਰ ਹੋ ਚੁੱਕੇ ਜਾਈ ਸੋ ਮੈਂ ਬਸ ਥੈਂਕਸ ਕਰਨਾ ਚਾਹੂੰਗਾ ਮੇਰੇ ਸਾਰੇ ਦੋਸਤੋ ਕੋ ਮੇਰਾ ਭਾਈ BTR ਲਕਸ਼ ਹੋ ਗਿਆ ਆਪਣਾ ਦੀਪ ਜੈਨ ਹੋ ਗਿਆ ਮੇਰਾ ਭਾਈ ਆਪਣਾ ਆਦਿਤਯ AG ਵਲੌਗਸ ਹੋ ਗਿਆ ਭਾਈ ਔਰ ਵੀ ਜੋ ਮੇਰੇ ਸਭ ਦੇਵ ਸਾਈਕਲਿਸਟ ਹੋ ਗਿਆ ਭਾਈ ਸਭ ਕੋ ਮੇਰਾ ਬਹੁਤ ਬਹੁਤ ਪਿਆਰ ਹੈ ਮੇਰੇ ਸਬਸਕ੍ਰਾਈਬਰਸ ਹੋਈ ਮੇਰੇ ਫਸਟ ਲਵ ਐਂਡ ਫੋਰ ਐਵਰ 7000 ਲਿੰਡਨ ਐਡੀਸ਼ਨ ਹੈ ਗਾਈਸ ਇਸਕਾ ਤੋ ਭਾਈ ਕੋਈ ਹੈ ਹੀ ਨਹੀਂ ਮਤਲਬ ਇੱਕ ਉਹ ਹੀ ਨਹੀਂ ਮਤਲਬ ਬੋਲਤੇ ਨਾ ਇਹ ਮੇਰਾ ਸਭਸੇ ਪਹਿਲਾ ਰੈਕਟ ਹੈ ਔਰ ਮੇਰਾ ਉਹ ਫੇਵਰੇਟ ਇਹ ਮੈਨੇ ਲਿੰਡਨ ਐਡੀਸ਼ਨ ਲਿਆ ਤਾ ਦੇਖ ਸਕਤੇ ਹੋ ਬਹੁਤ ਪਿਆਰਾ ਕੁਆਲਿਟੀ ਗਾਈਸ ਇਹ ਇੱਕ ਪੀਚ ਕਲਰ ਮੈਂ ਹੈ ਅਭੀ ਆਪਕੋ ਇਸਕੋ ਮੈਂ ਬ੍ਰਾਈਟ ਕਰਕੇ ਦਿਖਾਤਾ ਹੂੰ ਦੇਖ ਸਕਤੇ ਹੋ ਪੀਚ ਕਲਰ ਮੈਂ ਹੈ ਔਰ ਇਸਕਾ ਜੋ ਕਲਰ ਹੈ ਨਾ ਗਾਈਸ ਵਾਈਬ੍ਰੈਂਸੀ ਐਜ਼ ਯੂਜੁਅਲ ਬਹੁਤ ਗੋਲਡਨ ਮਤਲਬ ਇੱਕਦਮ ਇੱਕਦਮ ਵਾਈਬ੍ਰੈਂਟ ਹੈ ਮਤਲਬ ਯਹਾਂ ਪੇ ਗੋਲਡਨ ਯਹਾਂ ਪੇ ਸਭ ਗੋਲਡਨ ਔਰ ਜੋ ਇੱਕ ਹੋਤਾ ਨਾ ਇਸਕਾ ਫਰੇਮ ਮਤਲਬ ਬਹੁਤ ਸੋਲਿਡ ਫਰੇਮ ਹੈ ਗਾਈਸ ਇਸਕਾ ਜੋ ਵੀ ਆਪਕੋ ਲਿੰਡਨ ਐਡੀਸ਼ਨ ਹੋਏਗਾ ਨਾ ਇਸਕਾ ਇੱਕ ਆਪਕੋ ਪਹਿਲੇ ਬਤਾਤਾ ਹੂੰ ਮੈਂ ਕਿ ਇਨ ਕੇਸ ਬਾਅਦ ਮੈਂ ਬੋਲਣਾ ਨਾ ਭੁੱਲ ਜਾਊਂ ਇਸਕਾ ਜੋ ਫਲੈਕਸ ਹੈ ਨਾ ਗਾਈਸ ਯਾਰ ਦੇਖੋ ਫਲੈਕਸ ਇੱਕ ਰੈਕਟ ਇਤਨਾ ਬੈਂਡ ਹੋਤਾ ਹੈ ਮਤਲਬ ਇਤਨਾ ਫਲੈਕਸ ਹੋਤਾ ਨਾ ਗਾਈਸ ਮਜ਼ਾ ਆ ਗਿਆ ਦੇਖ ਕੇ ਮਤਲਬ ਇਸਕੋ ਕੋਈ ਜਗ੍ਹਾ ਰੱਖ ਕੇ ਦਿਖਾਓ ਨਾ ਇਹ ਦੇਖੋ ਕਿਤਨਾ ਫਲੈਕਸ ਹੋਤਾ ਹੈ ਮਤਲਬ ਇਸਕਾ ਫਲੈਕਸ ਬਹੁਤ ਪਿਆਰਾ ਲਗਾ ਮੁਝੇ ਔਰ ਜੋ ਇਸਕੀ ਦੂਸਰੀ ਬਾਤ ਹੈ ਨਾ ਜੋ ਕੁਆਲਿਟੀ ਆਫ ਦ ਰੈਕਟ ਇਜ਼ ਵੈਰੀ ਨਾਈਸ ਇਹ ਵੀ ਇੱਕ ਫੋਟੋਗ੍ਰਾਫਾਈਡ ਰੈਕਟ ਹੈ ਦੇਖ ਸਕਦੇ ਹੋ ਫੁੱਲ ਗ੍ਰੈਫਾਈਟ ਰੈਕਟ ਹੈ ਗਾਈਸ ਬਹੁਤ ਮਤਲਬ ਇਸਮੇ ਜੋ ਕੁਆਲਿਟੀ ਹੈ ਨਾ ਗਾਈਸ ਉਹ ਅਲੱਗ ਹੀ ਲੈਵਲ ਕੀ ਹੈ ਸੋ ਇਸਕੀ ਔਰ ਇੱਕ ਬਾਤ ਖਾਸ ਲੱਗੀ ਮੁਝੇ ਜੋ ਇਸਮੇ ਐਜ਼ ਯੂਜ਼ੁਅਲ ਸਾਰੇ ਲਿੰਡਨ ਕੇ ਰੈਕਟਸ ਮੇ ਹੋਤਾ ਹੈ ਦੇਖੋ ਯਾਰ ਉਸਕੇ 5-star ਔਰ ਇਹ LD ਉਸਕਾ ਸਿਗਨੇਚਰ ਆਤਾ ਹੈ ਔਰ ਇਹ ਆਈਸੋਮੈਟ੍ਰਿਕ ਰੈਕਟ ਹੈ ਔਰ ਇਸਕੀ ਕਲਰ ਥੀਮ ਮੈਂ ਆਪਕੋ ਮਿਲੇਗਾ ਇਸਮੇ ਰੈਡ ਆਤਾ ਹੈ ਗੋਲਡਨ ਹੋ ਗਿਆ ਬਲੈਕ ਹੋ ਗਿਆ ਯੈਲੋ ਹੋ ਗਿਆ ਫਿਰ ਇਹ ਪੀਚ ਹੋ ਗਿਆ ਕੈਂਡੀ ਰੈਡ ਹੋ ਗਿਆ ਗਾਈਸ ਇਤਨੇ ਵਰਾਇਟੀ ਕੇ ਕਲਰਸ ਹੈ ਇਹ ਆਪਕੋ ਐਕਚੁਅਲ ਮਾਲੂਮ ਪੜਤਾ ਹੈ ਦਿਸ ਇਜ਼ ਸਪੈਸ਼ਲ ਐਡੀਸ਼ਨ ਇਹ ਦੇਖ ਸਕਤੇ ਹੋ ਬੜੇ ਪਿਆਰੇ ਸੇ ਗ੍ਰਾਫਿਕ ਹੈ ਗਾਈਸ ਇਹ ਰੈਕਟ ਪੇ ਔਰ ਇਹ ਓਰਿਜਨਲ ਰੈਕਟ ਹੈ ਆਪਕੋ ਪਤਾ ਦਿੱਤਾ ਹੂੰ ਅਗਰ ਆਪ ਨੀਚੇ ਦੇਖ ਕੇ ਸਮਝ ਪਾ ਰਹੇ ਹੋ ਤਾਂ ਇਹ ਓਰਿਜਨਲ ਰੈਕਟ ਹੈ ਗਾਈਸ ਸਮਝ ਮੈਂ ਮਤਲਬ ਈਜ਼ੀਲੀ ਆ ਜਾਂਦੇ ਹੈ ਗਾਈਸ ਇਹ ਹੈ 3U ਗ੍ਰਿਪ ਹੈ ਇਸਕਾ 3U ਸਾਈਜ਼ ਕਾ ਗ੍ਰਿਪ ਹੈ ਮੋਟਾ ਹੈ ਪਰ ਅੱਛਾ ਹੈ ਮਤਲਬ ਇੱਕਦਮ ਮਤਲਬ ਮੇਰਾ ਕਿਆ ਹੱਥ ਮੈਂ ਆਰਾਮ ਸੇ ਬੈਠ ਜਾਤਾ ਹੈ ਤੋ ਮੈਨੇ ਖਰੀਦਤੇ ਕੋਈ ਦੇਖਾ ਦੋ ਪਰ ਅਭੀ ਮੈਨੇ ਸਾਰੇ ਰੈਕਟ ਜੋ ਲੀ ਮੈਨੇ 4U ਕੇ ਲੀ ਹੈ 3U ਹੈ ਔਰ ਇਹ ਜਾਤਾ ਹੈ ਇਹ ਆਰਾਮ ਸੇ ਆਤਾ ਹੈ 20-24 ਕੇ ਆਸ ਪਾਸ ਤੱਕ ਆਰਾਮ ਸੇ ਭਰ ਜਾਤਾ ਹੈ ਆਪ 26 ਵੀ ਡਾਲ ਸਕਤੇ ਹੋ ਗਾਈਸ ਕਿਉਂਕਿ ਇਹ ਐਜ਼ ਯੂਜੁਅਲ ਮੈਨੇ ਬਤਾਇਆ ਜੋ ਸਪੈਸ਼ਲ ਐਡੀਸ਼ਨ ਹੁੰਦੇ ਹੈ ਰੈਕਟਸ ਉਹ ਕਾਫੀ ਹੈਫਟੀ ਬਣਾਤੇ ਹੈ ਲੋਕ ਅਬ ਦੇਖ ਸਕਤੇ ਹੋ ਨੀਚੇ ਕਲਰ ਕੇ ਸਾਥ ਵਰਾਇਟੀ ਹੈ ਉੱਪਰ ਕੇ ਸਾਥ ਕਲਰ ਵਰਾਇਟੀ ਹੈ ਇਸਕਾ ਹੋਲੋਗ੍ਰਾਮ ਆਪ ਦੇਖ ਸਕਤੇ ਹੋ ਓਰਿਜਨੈਲਿਟੀ ਔਰ ਗਾਈਸ ਇੱਕ ਔਰ ਖਾਸ ਬਾਤ ਹੈ ਜੋ ਆਪ ਇੰਡੀਆ ਮੈਂ ਜੋ ਵੀ ਰੈਕਟਸ ਲੈਤੇ ਹੋ ਨਾ ਆਪ ਉਹ ਸਨਰਾਈਜ਼ ਕਰਕੇ ਕੰਪਨੀ ਹੈ ਜੋ ਯੋਨਿਕਸ ਸਭ ਸਪਲਾਈ ਕਰਤੀ ਹੈ ਆਪ ਹੈ ਸੋ ਆਪ ਮੇਕ ਸ਼ੋਰ ਕਿ ਜੋ ਐਸੇ ਵੀ ਲੇਂਗੇ ਨਾ ਤੋ ਉਨਕਾ ਸਨਰਾਈਜ਼ ਕਾ ਅਥੈਂਟੀਫਿਕੇਸ਼ਨ ਕਾ ਸਰਟੀਫਿਕੇਟ ਹੋਣਾ ਚਾਹੀਏ ਕਿਉਂਕਿ ਜੋ ਯੋਨਿਕਸ ਹੈ ਇੰਡੀਆ ਮੈਂ ਉਹ ਸਪਲਾਈ ਜੋ ਆਤਾ ਹੈ ਵੋ ਉਸਕੇ ਥਰੂ ਆਤਾ ਹੈ ਸਨਰਾਈਜ਼ ਵਾਲੇ ਕੇ ਥਰੂ ਸੋ ਆਪ ਇਤਨਾ ਧਿਆਨ ਰੱਖੇਗਾ ਔਰ ਹਰ ਗ੍ਰਿਪ ਪੇ ਜਬ ਆਪ ਖਰੀਦੇਂਗੇ ਨਾ ਤੋ ਇਸਕੇ ਉੱਪਰ ਆਪਕੋ ਐਸਾ ਸਨਰਾਈਜ਼ ਕਾ ਟੈਗ ਵੀ ਲਗਾ ਦਿਖੇ ਉਹ ਬਹੁਤ ਜ਼ਰੂਰੀ ਹੈ ਸੋ ਜੋ ਦੂਸਰੀ ਕੁਆਲਿਟੀ ਕੀ ਬਾਤ ਹੈ ਇਸਕੀ ਇਸਕਾ ਜੋ ਆਪ ਦੇਖ ਸਕਤੇ ਹੋ ਆਈਕਨ ਮੈਂ ਵੀ ਬਣਾ ਹੋਇਆ ਯਾਰ ਰੈਕਟ ਕਾ ਜੋ ਸੀਰੀਅਲ ਨੰਬਰ ਹੈ ਗਾਈ ਇਹ ਸਭ ਐਮਬੋਸਡ ਹੋਤੇ ਅੰਦਰ ਅਭੀ ਆਪ ਫੀਲ ਕਰਕੇ ਦੇਖ ਸਕਤੇ ਹੋ ਰੈਕਟ ਕਾ ਮੇਰਾ ਐਕਚੁਅਲੀ ਫੋਕਸ ਲੈ ਲੈ ਜ਼ਰਾ ਇੱਕ ਵਾਰ ਭਾਈ ਸੋ ਆਪ ਦੇਖ ਸਕਤੇ ਹੋ ਐਮਬੋਸਡ ਹੈ ਅੰਦਰ ਗਾਈਸ ਇਸਕੋ ਫੀਲ ਕਰੋਗੇ ਨਾ ਤਾਂ ਪੇਂਟ ਕੋ ਜਲਾ ਕੇ ਅੰਦਰ ਐਮਬੋਸਿੰਗ ਕੀ ਗਈ ਹੈ ਗਾਈਸ ਇਹ ਹੈ ਕੁਆਲਿਟੀ ਹਮਾਰੇ ਰੈਕਟ ਕੀ ਇਹ ਹੈ 907000 LD ਗਾਈਸ ਇਹ ਵਨ ਆਫ ਦ ਕਲਾਸਿਕ ਰੈਕਟ ਆਫ ਮਤਲਬ ਇਹ ਲਿੰਡਨ ਐਡੀਸ਼ਨ ਹੈ ਗਾਈਸ ਲਿਮਿਟਿਡ ਐਡੀਸ਼ਨ ਮੈਨੇ ਥੋੜ੍ਹਾ ਇਸਕੋ ਰਫ ਯੂਜ਼ ਕੀਆ ਹੈ ਇਧਰ ਦੇਖ ਕੇ ਆਪ ਸਮਝ ਪਾ ਰਹੇ ਹੋਗੇ ਮੈਂ ਪਹਿਲੇ ਬਹੁਤ ਰਫ ਯੂਜ਼ ਕਰ ਚੁੱਕਾ ਹੂੰ ਇਸਕੋ ਪਰ ਠੀਕ ਹੈ ਜੋ ਵੀ ਰੈਕਟ ਮਤਲਬ ਬਹੁਤ ਸਟਰੋਂਗ ਹੈ ਪਰ ਮੇਰੇ ਸੇ ਰਫ ਕਿ ਮੈਂ ਆਊਟਡੋਰ ਖੇਲਣਾ ਚਾਲੂ ਕੀਆ ਤਾ ਤਬ ਮੈਨੇ ਲਿਆ ਤਾ ਅਬ ਮੈਂ ਇਨਡੋਰ ਆਊਟਡੋਰ ਦੋਨੋਂ ਖੇਲਤਾ ਹੂੰ
सो देख सकते हो रैकेट की गाइज एक लुक ही अलग है, और ये जो इसकी वेट होगा ना मेरे सबसे होगा 78 के आसपास में ही रहेगा, 75 to 78 ग्राम्स का होगा। 10 ग्राम्स के स्ट्रिंग होते हैं गाइज, याद रखो। जब आप रैकेट में डालेंगे ना तो स्ट्रिंग ये जो होती है ना ये वाली थोड़ी हैवी होती है, जो योनिस की आप दूसरी डालेंगे ना जो BG65 टाइटेनियम है वो सब होती है। आपको सबसे हल्की खाली नेट स्ट्रिंग मिलेगी वो है एरोसोनिक, तो आप एरोसोनिक या वो सब में डला लीजिए, वो साथ एक आध ग्राम ऊपर नीचे हो, ये 10 ग्राम्स की स्ट्रिंग का वेट आ जाता है। आप ग्रिप डालेंगे तो उसका वेट बढ़ता है, अगर आपने जैसे मैंने टेप लगाया, मैंने एक लेयर लगाया तो वेट इतना बढ़ता नहीं। और अगर आपको हैवी चाहिए हेड तो आप ऊपर ग्रोमेट दूसरे लगा सकते हो। सो आपको बस वैरायटी बहुत है गाइस मार्केट में। और इधर जैसे मैं आपको बता रहा था ये हमारे 5 स्टार और ये लिंडन का साइन है गाइस, ये बड़ा प्यारा सा रैकेट है। सो आपको मैंने डिस्क्रिप्शन में नंबर दे दिया है, अशरफ भाई का हमारे योनिक्स के स्टोर यहाँ पे ऑफिशियल उसका मैनेजर है, वो हमसे बात कर लेगा। बड़ा अच्छा क्वालिटी का ये मेरा फर्स्ट रैकेट है गाइस। मैंने ना एक्चुअली काफ़ी टाइम से सोचा था इसका प्यारा सा ब्लॉग बनाऊंगा, तो मैंने बोला जब ये मेरा बड़ा स्पेशल एडिशन है क्योंकि आई एम क्रॉस्ड 1K, सो मैंने बोला अभी मेरा ये जरा गोल्डन रैकेट दिखाना ही पड़ेगा गाइस, क्योंकि ये मेरा एक ये जो मेरा स्टार्ट ऑफ यूट्यूब था ना तो ये उसमें इसने बड़ा साथ दिया है गाइस। सो वो टाइम जब मैंने स्टार्ट किया था यूट्यूब उसके पहले मैंने रैकेट लिया था, और ये मुझे बहुत स्पेशल मेमोरीज रिकलेक्ट कराता है गाइस। सो अगर आपका भी कोई स्पेशल मेमोरीज है तो कमेंट करके बताओ कि भाई मैंने भी कुछ लिया था, या आपके भी ब्लॉगिंग चैनल है तो प्लीज़ मुझे कमेंट करो, मैं आपको टैग कर देता हूँ गाइस। इंस्टाग्राम पे मुझे फॉलो नहीं किया तो कर लीजिए पराम इन कमांड करके आपका बंदा। और भी अभी सुन मेरे एक ब्रदर का जिम भी चालू हो रहा था, हम आपको फिटनेस के ऊपर बताने वाले हैं और बड़ी बड़ी प्यारी प्यारी चीज़ आने वाली है, कोई एक स्पेशल एडिशन बाइक का मॉडिफिकेशन वो भी आ रहा है, तो गाइस कमेंट कर दीजिए। योनिक्स के प्रोडक्ट्स और भी आ रहे हैं, इंटरेस्टिंग से प्रोडक्ट्स आ रहे हैं, लेडीज़ और जेंट्स दोनों के कपड़े भी आ रहे हैं, मतलब वैरायटी आ रही पूरे। अभी वो भी आया जो ट्रैक सूट बोलते हैं, ट्रैक सूट आ गया। तो जी ये था हमारा रैकेट, और सुन आ रहा है और भी प्यारे प्यारे ब्लॉग्स। नैनो रे 7000 LD है ये रैकेट, अगर आप देख पा रहे हैं प्यारा सा रैकेट है नैनो रे 7000 LD गाइस, लिंडन एडिशन जी गाइस। आई विश आपको ये बड़ा बड़ा प्यारा सा मेरा स्पेशल एडिशन ब्लॉग पसंद आया हो, और जी गाइस जो जो मैंने बोला है ब्लॉग में सब मैं जल्द से जल्द कोशिश करूँगा पूरा करने के लिए, खास खास व्लॉग्स लाऊंगा और लेट्स सी कुछ खास आएगा अपकमिंग। सो आपको इंस्टाग्राम पे अपडेट हो जाएगा व्लॉग, और मेरे जो जो अपडेट रहते हैं सब इंस्टाग्राम पे पहले आ जाते हैं गाइस। सो इंस्टाग्राम पे फॉलो कर लीजिए परम इन कमांड, टेक केयर, डोंट फॉरगेट लाइक, सब्सक्राइब एंड शेयर। एंड जी गाइस मैं हमेशा बोलता हूँ, अभी बोलूँगा प्लांट ट्री, हवा मिलेगी, सांस मिलेगा जी, ट्री प्लांट करो देखो जी। ओके टेक केयर, लव यू ऑल, परम इन कमांड।